ਗੁਰੂ ਵਾਹਿਗੁਰੂ 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 ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ
ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਲੋਕ ਘੋਖੇ ਸ਼ਾਸਤਰ ਵੇਦ ਸਭ ਆਨ ਨ ਕਥ ਤੋ ਕੋਏ ਆਦਿ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਘੱਗਾ ਘਲ ਹੋ ਮਨੇ ਇਹ ਬਿਨ ਹਰ ਦੂਸਰ ਨਾਹੀ ਨੈ ਹੋਆ ਨੈ ਹੋਵਨਾ ਜਤ ਕਤ ਉਹੀ ਸਮਾਹੇ ਘੁਲਹਿ ਤੋ ਮਨ ਜੋ ਆਵਹਿ ਸ਼ਰਨਾ ਨਾਮ ਤਤ ਕਲ ਮੈਂ ਪੁਨਹਿ ਚਰਨਾ ਕਾਲ ਕਾਲ ਅਨਕ ਪਛਤਾਵਹਿ ਬਿਨ ਹਰ ਭਗਤ ਕਹਾਂ ਥਿਤ ਪਾਵਹਿ ਘੋਲ ਮਹਾਰਸ ਅੰਮ੍ਰਿਤ ਤੇਹ ਪੀਆ ਨਾਨਕ ਹਰ ਗੁਰ ਜਾਂ ਕੋ ਦੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਉਚਾਰੀ ਹੋਈ ਪਾਵਨ ਬਾਣੀ 52 ਅੱਖਰੀ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਉੱਨੀ ਪੌੜੀਆਂ ਦੀ ਵਿਚਾਰ ਹੁਣ ਤੱਕ ਆਪਾਂ ਸੁਣ ਚੁੱਕੇ ਹਾਂ। ਕੱਲ੍ਹ ਸੁਣ ਰਹੇ ਸੀ ਕਿ ਇੱਕ ਗੱਲ ਪੱਕੀ ਹੈ, ਮਨ 'ਚ ਇਸ ਗੱਲ ਨੂੰ ਵਿਚਾਰਿਆ ਕਰੋ ਕਿੱਥੋਂ ਜਾਣਾ ਹੈ। ਜਿਹੜੀਆਂ ਤੁਸੀਂ ਇਹੋ ਜਿਹੀਆਂ ਆਸਾਂ ਬਣਾਈ ਬੈਠੇ ਹੋ ਕਿ ਆਹ ਹੋ ਜੇ ਆਹ ਹੋ ਜੇ, ਮੈਂ ਆਹ ਵੀ ਕਰ ਲਾਂ ਆਹ ਵੀ ਕਰ ਲਾਂ, ਇਹ ਨਾਸਵੰਤ ਖਾਸ਼ਾਂ ਹਨ ਜਿਹਨਾਂ ਚੀਜ਼ਾਂ ਦਾ ਤੁਹਾਡੇ ਨਾਲ ਕੋਈ ਬਹੁਤਾ ਜਿਹੜਾ ਹੈ ਸੰਬੰਧ ਨਹੀਂ ਹੈ, ਨਾ ਹੀ ਇਹਨਾਂ 'ਚੋਂ ਤੁਹਾਨੂੰ ਕੋਈ ਲਾਭ ਮਿਲਣਾ ਹੈ। ਜੋ ਕੁਛ ਦੇਣਾ ਹੈ ਵਾਹਿਗੁਰੂ ਦੇ ਦਿੱਤਾ ਹੈ, ਦੇ ਰਿਹਾ ਹੈ। ਜੇ ਅਜਿਹੀਆਂ ਖਾਸ਼ਾਂ ਵੱਲੋਂ ਆਪਣੇ ਮਨ ਨੂੰ ਮੋੜ ਕੇ ਤੂੰ ਸਿਮਰਨ ਕਰਨ ਲੱਗ ਪਵੇਂ, ਨਾਮ ਜਪਣ ਲੱਗ ਪਵੇਂ, ਤਾਂ ਅਰੋਗ ਹੋ ਸਕਦਾ ਹੈ। ਜਿਹੜੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਰੋਗ, ਚਿੰਤਾ ਦਾ ਰੋਗ ਹੈ, ਹਰ ਇੱਕ ਨੂੰ ਹੀ ਚਿੰਤਾ ਲੱਗੀ ਹੋਈ ਹੈ, ਚਿੰਤਾ ਮਨੋ ਰੋਗ ਹੈ, ਮਨ ਦਾ ਰੋਗ ਹੈ, ਨਾਮ ਜਪਣ ਨਾਲ ਹੀ ਇਹ ਠੀਕ ਹੋ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ ਹੈ।
ਕਿੰਨਾ ਕੁ ਜਪੀਏ ਮਹਾਰਾਜ ਕਹਿੰਦੇ ਹਰ ਵੇਲੇ ਜਪਦਾ ਰਿਹਾ ਕਰ, ਹਰ ਸਵਾਸ ਦੇ ਨਾਲ ਨਾਮ ਨੂੰ ਜੋੜ ਲੈ। ਗਿਣਤੀਆਂ ਮਿਣਤੀਆਂ 'ਚ ਨਾ ਪੈ, ਜਿੰਨਾ ਵੱਧ ਤੋਂ ਵੱਧ ਜਪ ਸਕਦਾ ਹੈ ਜਪ, ਕਿਉਂਕਿ ਇਸ ਦੇਹੀ ਦਾ ਭਰੋਸਾ ਕੋਈ ਨਹੀਂ ਹੈ। ਕਿਸੇ ਨੂੰ ਨਹੀਂ ਅਜੇ ਤੀਕ ਕਿਸੇ ਮੌਤ ਨੇ ਦੱਸਿਆ ਕਿ ਮੈਂ ਆ ਰਹੀ ਹਾਂ, ਤਿਆਰ ਹੋ ਜਾ। ਅਚਨਚੇਤ ਹੀ ਆਉਂਦੀ ਹੈ। ਇਸ ਕਰਕੇ ਪਤਾ ਨਹੀਂ ਕਿਹੜਾ ਸਵਾਸ ਅਖੀਰਲਾ ਹੋ ਜਾਣਾ ਹੈ। ਜਦੋਂ ਕਹੇ ਕਿ ਜਿਹੜੇ ਗਿਆਨਵਾਨ ਲੋਕ ਹਨ ਜਾਂ ਜਿਹੜੇ ਸਮਾਧੀਆਂ ਲਾਉਂਦੇ ਹਨ ਲੰਮੀਆਂ, ਜਾਂ ਬੜੇ ਸਿਆਣੇ ਬਣੇ ਹੋਏ ਹਨ ਆਪਣੇ ਆਪ ਦੇ ਵਿੱਚ, ਉਹਨਾਂ ਨੂੰ ਮੌਤ ਛੱਡ ਦਿੰਦੀ ਹੈ? ਮਹਾਰਾਜ ਕਹਿੰਦੇ ਨਾ, ਸਭ ਦੇ ਉੱਤੇ ਆਉਂਦੀ ਹੈ। ਕੋਈ ਰਾਜਾ ਨਹੀਂ, ਕੋਈ ਫਕੀਰ ਨਹੀਂ, ਹਰ ਇੱਕ ਦੇ ਉੱਤੇ ਮੌਤ ਆਉਂਦੀ ਹੈ। ਇਨਸਾਨ ਦੀ ਗਲਤੀ ਕੀ ਹੈ ਕਿ ਜਿਹੜੀ ਚੀਜ਼ ਛੱਡ ਜਾਣੀ ਹੈ ਉਸਨੂੰ ਸੱਤ ਮੰਨ ਕੇ ਉਸੇ ਵਿੱਚ ਹੀ ਜੁੜਿਆ ਹੋਇਆ ਹੈ। ਜਿਹੜੀ ਚੀਜ਼ ਨਾਲ ਨਿਭਣੀ ਹੈ ਉਸ ਵੱਲ ਧਿਆਨ ਨਹੀਂ ਜਾਂਦਾ। ਨਾਮ ਸੱਤ ਹੈ, ਸੇਵਾ ਸੱਤ ਹੈ, ਸੰਗਤ ਸੱਤ ਹੈ, ਬਾਣੀ ਸੱਤ ਹੈ, ਇਸ ਪਾਸੇ ਧਿਆਨ ਨਹੀਂ ਜਾਂਦਾ ਹੈ। ਬਹੁਤਾ ਸਮਾਂ ਜਿਹੜਾ ਹੈ ਉਹ ਮਿਥਿਆ ਚੀਜ਼ਾਂ ਵਾਲੇ ਪਾਸੇ, ਨਾਸਵੰਤ ਚੀਜ਼ਾਂ ਵਾਲੇ ਪਾਸੇ ਹੀ ਮਨ ਜਾਂਦਾ ਹੈ। ਸਿਮਰਨ ਕਰਦਿਆਂ ਕੱਲ੍ਹ ਵੀ ਸੁਣ ਰਹੇ ਸੀ, ਧਿਆਨ ਫਿਰ ਉੱਥੇ ਹੀ ਚੱਲ ਜਾਂਦਾ। ਇਹ ਛੱਡਣਾ ਪੈਣਾ ਹੈ, ਇਸ ਪਾਸਿਓਂ ਮਨ ਮੋੜਨਾ ਪੈਣਾ ਹੈ। ਮੁੜੇਗਾ ਕਿਵੇਂ? ਜਦੋਂ ਹਰ ਸਵਾਸ ਦੇ ਉੱਤੇ ਨਾਮ ਨੂੰ ਜੋੜ ਦੇਗਾ ਤਾਂ ਰੁਕਾਏਗਾ। ਜਿਨ੍ਹਾਂ ਦੇ ਮਸਤਕ ਉੱਤੇ ਚੰਗੇ ਭਾਗ ਹਨ ਉਹ ਗੁਰੂ ਦਾ ਆਸਰਾ ਲੈ ਕੇ ਜੁੜ ਜਾਂਦੇ ਹਨ ਸਿਮਰਨ ਦੇ ਵਿੱਚ, ਉਹਨਾਂ ਦਾ ਇੱਥੇ ਆਉਣਾ ਸਫਲਾ ਹੋ ਜਾਂਦਾ ਹੈ। ਇੱਥੋਂ ਉਹ ਨਾਮ ਧੰਨ ਇਕੱਠਾ ਕਰਕੇ ਲੈ ਕੇ ਜਾਂਦੇ ਹਨ। ਵਾਹਿਗੁਰੂ ਦੇ ਦਰ ਦੇ ਉੱਤੇ ਉਹਨਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਸਤਿਕਾਰ ਮਿਲਦਾ। ਜਿਵੇਂ ਬੱਚਾ ਕਮਾਈ ਕਰਕੇ ਘਰ ਆਵੇ ਅਤੇ ਸਾਨੂੰ ਲਿਆ ਕੇ ਦੇਵੇ ਜਾਂ ਦਿਖਾਵੇ ਤਾਂ ਮਨ ਖੁਸ਼ ਹੁੰਦਾ ਹੈ ਮਾਂ ਪਿਓ ਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਵੀ ਜਿਹੜਾ ਸਾਡਾ ਪਿਤਾ ਹੈ, ਮਾਂ ਹੈ, ਉਹ ਵੀ ਬੜਾ ਖੁਸ਼ ਹੁੰਦਾ ਹੈ। ਇਹ ਪਾਵਨ ਉਪਦੇਸ਼ ਆਪਾਂ ਕੱਲ੍ਹ ਸਰਵਣ ਕਰ ਰਹੇ ਸੀ, ਅੱਜ ਰਹਿਮਤ ਕਰ ਰਹੇ ਹਨ ਸਲੋਕ। ਘੋਖੇ ਸ਼ਾਸਤਰ ਵੀਰ ਸਾਹਿਬ ਅੰਨ ਕਰਤੋ ਕੋਏ, ਆਦਿ ਜੁਗਾਦੀ ਹੁਣ ਹੋਵਤ ਨਾਨਕ ਏਕ ਐ ਸੋਏ। ਕਹਿੰਦੇ ਸਾਰੇ ਸ਼ਾਸਤਰ ਵੇਦ, ਛੇ ਸ਼ਾਸਤਰ ਹਨ, ਚਾਰ ਵੇਦ ਹਨ, ਇਹ ਸਾਰੇ ਹੀ ਘੋਖੇ ਹਨ, ਭਾਵ ਇਹਨਾਂ ਦੀ ਛਾਣਬੀਣ ਕੀਤੀ ਹੈ ਕੀ ਉਪਦੇਸ਼ ਕੀ ਹੈ ਇਹਦੇ ਵਿੱਚ, ਇਹਨਾਂ ਦੇ ਵਿੱਚ। ਜਿਵੇਂ ਸੁਖਮਨੀ ਸਾਹਿਬ 'ਚ ਮਹਾਰਾਜ ਨੇ ਕਿਹਾ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ ਭੇਖੇ ਸਰਵ ਡੋਲ, ਵੇਖ ਲਏ ਘੋਖ ਘੋਖੇ ਵੇਖੇ ਹਨ, ਖੋਜੇ ਹਨ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਉੱਥੇ ਇਹ ਕਿਹਾ ਹੈ ਕਿ ਨਾਮ ਹੀ ਸਭ ਕੁਛ ਹੈ। ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜਿਹੜੀ ਕਿਸੇ ਦੀ ਪੂਜਾ ਹੈ ਜਿਹੜੀ ਹੈ ਉਹ ਸਾਨੂੰ ਲਾਹੇਵੰਦ ਨਹੀਂ ਹੈ।
ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਪੂਜਾ ਜਿਹੜੀ ਹੈ ਉਹੀ ਗੁਰਸਿੱਖ ਨੇ ਕਰਨੀ ਹੈ। ਕਿਵੇਂ ਕਰਨੀ ਹੈ? ਪੂਜਾ ਕੀਚਾ ਨਾਮ ਧਿਆਈ ਹੈ, ਵਿਣ ਨਾਵੇਂ ਪੂਜ ਨਾ ਹੋਏ। ਪੂਜਾ ਕਰਨ ਦਾ ਢੰਗ ਜਿਹੜਾ ਗੁਰਮਤਿ ਦਾ ਹੈ ਉਹ ਨਾਮ ਧਿਆਉਣਾ ਹੀ ਹੈ। ਇਹੀ ਪੂਜਾ ਹੈ ਆਪਣੀ, ਨਾਮ ਤੇਰੋ ਪੂਜਾ ਮਜਨ ਮਰਾਰੇ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਇਹੀ ਪੂਜਾ ਹੈ, ਇਹੀ ਤੀਰਥ ਦਾ ਇਸ਼ਨਾਨ ਹੈ, ਨਾਮ ਨੂੰ ਅਤੇ ਸੁਰਤ ਨੂੰ ਆਪਣੀ ਨੂੰ ਜੋੜ ਕੇ ਇਹ ਸਾਧਨਾ ਕਰਨੀ। ਮਹਾਰਾਜ ਕਹਿੰਦੇ ਕਿ ਇਹ ਸਾਰਿਆਂ ਨੂੰ ਘੁੱਕ ਕੇ ਵੇਖਿਆ ਹੈ, ਸਾਰਿਆਂ ਦੇ ਵਿੱਚ ਇਹ ਗੱਲ ਕਹੀ ਹੋਈ ਹੈ ਕਿ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਚਾਹੇ ਕਿਸੇ ਨੇ ਕੋਈ ਅੱਲਾ ਕਹਿਤਾ, ਰਾਮ ਕਹਿਤਾ, ਕਿਸੇ ਨੇ ਗੋਪਾਲ ਕਹਿਤਾ, ਕਿਸੇ ਨੇ ਗੋਬਿੰਦ ਕਹਿਤਾ, ਨਾਂ ਵੱਖਰੇ ਵੱਖਰੇ ਲੈ ਲਏ ਉਹਦੇ, ਲੇਕਿਨ ਇਹ ਸਾਰੇ ਹੀ ਕਹਿੰਦੇ ਹਨ ਕਿ ਵਾਹਿਗੁਰੂ ਹੀ ਸਾਰਿਆਂ ਤੋਂ ਉੱਪਰ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਹੀ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਅੱਗੇ ਉਸਨੂੰ ਮਿਲਣਾ ਕਿਵੇਂ ਹੈ ਇਹ ਹਰ ਇੱਕ ਨੇ ਆਪਣੇ ਆਪਣੇ ਢੰਗ ਨਾਲ ਯੁਗਤੀਆਂ ਦੱਸੀਆਂ ਹਨ। ਕੱਲ੍ਹ ਆਪਾਂ ਸੁਣ ਰਹੇ ਸੀ, ਇੱਕ ਕਰਮ ਮਾਰਗ ਹੈ, ਇੱਕ ਗਿਆਨ ਮਾਰਗ ਹੈ, ਇੱਕ ਭਗਤੀ ਮਾਰਗ ਹੈ। ਗੀਤਾ ਦੇ ਵਿੱਚ ਇਹੀ ਤਿੰਨਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਕਰਮ ਮਾਰਗ ਕੀ ਹੈ? ਕਰਮ ਕਰਨਾ, ਤੀਰਥਾਂ 'ਤੇ ਜਾਓ, ਜਪ ਤਪ ਕਰੋ, ਦਾਨ ਪੁੰਨ ਕਰਿਆ ਕਰੋ, ਇਹ ਕਰਮ ਮਾਰਗ ਹੈ। ਜੱਗ ਲਾਇਆ ਕਰੋ, ਇਹੋ ਜਿਹੇ ਜਿਹੜੇ ਕਰਮ ਹਨ ਇਹ ਕਰਮ ਮਾਰਗ ਦੇ ਵਿੱਚ ਆ ਜਾਂਦੇ ਹਨ। ਦੂਸਰਾ ਹੈ ਗਿਆਨ ਮਾਰਗ, ਜਿਹੜਾ ਹੈ ਗਿਆਨ ਮਾਰਗ ਦੇ ਵਿੱਚ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਵਿਚਾਰਨਾ, ਸਮਝਣਾ, ਗਿਆਨ ਪ੍ਰਾਪਤ ਕਰਨਾ, ਇਹ ਗਿਆਨ ਮਾਰਗ ਹੈ। ਵੇਦਾਂਤੀ ਜਿਹੜਾ ਇੱਕ ਵੇਦ ਸਾਡੇ ਸ਼ਾਸਤਰਾਂ ਇੱਕ ਵੇਦਾਂਤ ਸ਼ਾਸਤਰ ਹੈ, ਉਹਨਾਂ ਨੇ ਗਿਆਨ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਹੈ। ਜਿਵੇਂ ਪਤੰਜਲੀ ਨੇ ਯੋਗ ਦੇ ਉੱਤੇ ਦਿੱਤਾ ਹੈ, ਇਸੇ ਤਰ੍ਹਾਂ ਉਹਨਾਂ ਨੇ ਗਿਆਨ ਦੇ ਉੱਤੇ ਜ਼ਿਆਦਾ ਦਿੱਤਾ ਹੈ। ਸੋ ਇਹ ਜਾਣਨਾ ਕਿ ਮੈਂ ਹੀ ਬ੍ਰਹਮ ਹਾਂ, ਅਹਮ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ, ਇਹ ਪਹਿਚਾਣ ਕਰ ਲੈਣੀ, ਆਪਣੀ ਆਤਮਾ ਦੀ ਪਹਿਚਾਣ ਕਰਨੀ, ਇਹ ਹੀ ਰੱਬ ਦਾ ਗਿਆਨ ਹੈ। ਲੇਕਿਨ ਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਦੱਸਿਆ ਹੈ ਉਹ ਜਿਹੜਾ ਅਸੀਂ ਹਾਂ, ਜਿਹਨੇ ਸਾਨੂੰ ਬਣਾਇਆ ਹੈ, ਸਾਡੇ ਮਨ ਨੂੰ, ਸਾਡੀ ਆਤਮਾ ਨੂੰ ਬਣਾਇਆ ਹੈ, ਇਹ ਸਰੀਰ ਦਿੱਤਾ ਹੈ, ਅਸੀਂ ਉਸ ਦੇ ਪੁਜਾਰੀ ਹਾਂ, ਉਸ ਨੂੰ ਜਾਣਨਾ ਹੈ। ਇਸੇ ਮਨ ਦੇ ਰਾਹੀਂ ਗੁਰੂ ਤੋਂ ਗਿਆਨ ਲੈ ਕੇ ਉਸ ਵਾਹਿਗੁਰੂ ਨੂੰ ਜਾਣਨਾ ਹੈ। ਸਾਨੂੰ ਇਹ ਰਸਤਾ ਦਿਖਾਇਆ, ਉਹ ਇੱਕੋ ਹੀ ਹੈ। ਚਾਹੇ ਕਿਸੇ ਨਾਂ ਦੇ ਨਾਲ ਉਸ ਨੂੰ ਯਾਦ ਕਰ ਲਓ, ਗੱਲ ਉੱਥੇ ਹੀ ਆਉਣੀ ਹੈ। ਗੀਤਾ ਵਿੱਚ ਜ਼ਿਕਰ ਆਇਆ ਹੈ, ਕ੍ਰਿਸ਼ਨ ਜੀ ਆਪਣੇ ਆਪ ਨੂੰ ਰੱਬ ਕਹਿੰਦੇ ਹਨ, ਭਗਵਾਨ ਕਹਿੰਦੇ ਹਨ, ਲੋਕ ਵੀ ਕਹਿੰਦੇ ਹਨ, ਉਹਨਾਂ ਨੇ ਵੀ ਆਪਣੇ ਆਪ ਨੂੰ ਗੀਤਾ ਦੇ ਰੱਬ ਹੀ ਕਿਹਾ ਹੈ। ਕਹਿੰਦੇ ਮੈਂ ਪਹਾੜ ਦੀ ਚੋਟੀ ਹਾਂ, ਪਹਾੜ ਦੀ ਚੋਟੀ 'ਤੇ ਚੜ੍ਹਨ ਵਾਸਤੇ ਘੇਰੇ ਘੇਰੇ ਰਸਤੇ ਹਨ, ਔਰ ਤਰ੍ਹਾਂ ਤਰ੍ਹਾਂ ਦੇ ਰਸਤੇ ਹਨ, ਕੋਈ ਪਗ ਡੰਡੀਆਂ ਬਣੀਆਂ ਹੋਈਆਂ ਹਨ,
ਕੋਈ ਬਹੁਤ ਹੀ ਪਥਰੀਲਾ ਹੈ, ਕਿਸੇ 'ਚ ਕੰਡੇ ਪਏ ਹੋਏ ਹਨ, ਕੋਈ ਬਿਲਕੁਲ ਹੀ ਸਿੱਧਾ ਰਸਤਾ ਹੈ ਜਿਹਨੂੰ ਚੜ੍ਹਨਾ ਔਖਾ ਹੈ, ਇਸ ਤਰ੍ਹਾਂ ਘੇਰੇ ਘੇਰੇ ਰਸਤੇ ਹਨ। ਚੜ੍ਹਨਾ ਸਾਰਿਆਂ ਨੇ, ਘੇਰੇ ਘੇਰੋਂ ਆ ਰਹੇ ਹਨ, ਸਾਰਿਆਂ ਨੇ ਪਹੁੰਚਣਾ ਮੇਰੇ ਕੋਲ ਹੀ ਹੈ। ਗੁਰਮਤਿ ਨੇ ਜੋ ਸਾਨੂੰ ਰਸਤਾ ਦਿਖਾਇਆ ਹੈ, ਇਸਨੂੰ ਗਾਢੀ ਰਾਹ ਕਿਹਾ ਹੈ। ਗੁਰਮੁਖ ਗਾਢੀ ਰਾਹ ਚਲਾਇਆ, ਭਾਈ ਗੁਰਦਾਸ ਜੀ ਕਹਿੰਦੇ ਹਨ। ਇਹ ਰਸਤਾ ਕੀ ਹੈ? ਜਿਵੇਂ ਗੱਡੀ ਲੀਹਾਂ ਦੇ ਉੱਤੇ ਚੱਲਦੀ ਹੈ, ਲਾਈਨਾਂ ਬਣੀਆਂ ਹੋਈਆਂ ਹਨ, ਉਹਦੇ 'ਤੇ ਚੱਲੀ ਜਾਂਦੀ, ਆਪਣੇ ਆਪ ਹੀ ਚੱਲੀ ਜਾਂਦੀ। ਜਾਂ ਗਾਢੀ ਰਾਹ, ਜਦੋਂ ਇਹ ਰੇਲਵੇ ਨਹੀਂ ਸੀ, ਰੇਲ ਨਹੀਂ ਸੀ, ਉਦੋਂ ਗੱਡੇ ਹੁੰਦੇ ਸਨ ਲੋਕਾਂ ਦੇ ਕੋਲ, ਕੱਚੇ ਰਸਤੇ ਹੁੰਦੇ ਸਨ। ਉਹ ਗੱਡਾ ਜਿਸ ਤਰ੍ਹਾਂ ਰਸਤੇ ਤੋਂ ਦੀ ਲੰਘਦਾ ਸੀ, ਉੱਥੇ ਲੀਹਾਂ ਬਣ ਜਾਂਦੀਆਂ ਸਨ, ਪੱਕਾ ਹੋ ਜਾਂਦਾ ਸੀ ਥਾਂ, ਵੀ ਉਹਨਾਂ ਦੇ ਉੱਤੇ ਹੀ ਬਲ ਤੁਰੇ ਜਾਂਦੇ ਸਨ। ਇਹਨੂੰ ਗਾਢੀ ਰਾਹ ਕਹਿੰਦੇ ਹਨ। ਇਹ ਗਾਢੀ ਰਾਹ ਗੁਰੂ ਨਾਨਕ ਪਾਤਸ਼ਾਹ ਨੇ ਬਣਾ ਦਿੱਤਾ ਹੈ ਸਾਨੂੰ, ਆਪ ਇਸ ਰਸਤੇ ਉੱਤੇ ਆਪ ਲੰਘੇ ਹਨ। ਫਿਰ ਉਹਨਾਂ ਨੇ ਇਹ ਨੌ ਸਰੂਪ ਹੋਰ ਧਾਰਨ ਕਰਕੇ ਉਸੇ ਰਸਤੇ ਤੋਂ ਲੰਘੇ, ਜਿਸ ਰਸਤੇ ਤੋਂ ਵਾਰ ਵਾਰ ਲੰਘਿਆ ਜਾਵੇ, ਸੰਗਤਾਂ ਨੂੰ ਵੀ ਲੰਘਾਇਆ, ਉਹ ਰਸਤਾ ਬਹੁਤ ਪੱਕਾ ਹੋ ਜਾਂਦਾ ਹੈ। ਉਹਦੇ ਵਿੱਚ ਜਿੰਨੀਆਂ ਰੁਕਾਵਟਾਂ ਹਨ, ਜੇ ਪੱਥਰ ਹੋਣ, ਉਹ ਵੀ ਪਾਸੇ ਹੋ ਜਾਂਦੇ ਹਨ, ਕਰ ਦਿੰਦੇ ਹਨ ਲੋਕ, ਕੰਡੇ ਹੁਣ ਉਹ ਵੀ ਪਾਸੇ ਕਰ ਦਿੰਦੇ, ਸਾਫ਼ ਹੋ ਜਾਂਦਾ ਹੈ ਰਸਤਾ। ਸੋ ਅਸੀਂ ਕਿਹੜੇ ਰਸਤੇ 'ਤੇ ਚੱਲਣਾ ਹੈ? ਮਹਾਰਾਜ ਕਹਿੰਦੇ ਵਾਹਿਗੁਰੂ ਤਾਂ ਹੈ ਇੱਕੋ ਹੀ। ਉਹਨਾਂ ਨੇ ਪਹਾੜ ਦੀ ਚੋਟੀ ਕਹਿ ਦਿੱਤਾ ਹੈ, ਮਹਾਰਾਜ ਨੇ ਕਹਿ ਦਿੱਤਾ ਕਿ ਮੈਂ ਤੇਰੇ ਅੰਦਰ ਹਾਂ, ਸਾਰਿਆਂ ਦੇ ਹੀ ਅੰਦਰ ਹਾਂ, ਵਾਹਿਗੁਰੂ ਸਾਰਿਆਂ ਦੇ ਹੀ ਅੰਦਰ ਹੈ। ਫਿਰ ਜਿੰਨੀ ਰਚਨਾ ਰਚੀ ਹੋਈ ਹੈ, ਹਰ ਚੀਜ਼ 'ਚ, ਸੂਰਜ ਵਿੱਚ ਵੀ ਰੱਬ ਹੈ, ਚੰਦਰਮਾ 'ਚ ਵੀ ਰੱਬ ਹੈ, ਤਾਰਿਆਂ 'ਚ ਵੀ ਰੱਬ ਹੈ, ਧਰਤੀ ਵਿੱਚ ਵੀ ਰੱਬ ਹੈ, ਆਕਾਸ਼ ਪਤਾਲ ਹਰ ਥਾਂ ਰੱਬ ਹੈ। ਜਿੰਨੀ ਉਹਨੇ ਰਚਨਾ ਰਚੀ ਹੋਈ ਹੈ ਚਾਰ ਖਾਣੀਆਂ ਦੀ, ਇਹਦੇ 'ਚ ਹਰ ਚੀਜ਼ ਵਿੱਚ ਰੱਬ ਹੈ। ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ, ਹਰ ਥਾਂ ਹੀ ਹੈ। ਪ੍ਰਗਟ ਕਰਨ ਦੀ ਯੁਗਤੀ ਕੀ ਹੈ? ਸਿਮਰਨ, ਉਸ ਵੱਲ ਧਿਆਨ ਜੋੜਨਾ। ਇੱਕ ਬਾਹਰ ਮੁਖੀ ਹੈ ਸਿਮਰਨ, ਆਪਾਂ ਬਾਹਰ ਕਿਸੇ ਮੂਰਤੀ 'ਤੇ, ਮੂਰਤ ਦੇ ਉੱਤੇ ਉਹਨੂੰ ਵੇਖੀ ਜਾਈ, ਉਹਦੇ ਵੱਲ ਧਿਆਨ, ਇਹ ਸਰਗੁਣ ਦੀ ਪੂਜਾ ਹੈ, ਇਹ ਸਰਗੁਣ ਦਾ ਧਿਆਨ ਹੈ। ਉਸ ਮੂਰਤੀ ਦੀ ਸ਼ਕਲ ਨੂੰ ਆਪਣੇ ਅੰਦਰ ਪ੍ਰਗਟ ਕਰ ਲੈਣਾ, ਧਿਆਨ ਜੋੜ ਕੇ ਇਕਾਗਰਤਾ ਦੇ ਨਾਲ, ਇਹ ਸਰਗੁਣ ਦੀ ਪੂਜਾ ਹੈ। ਇੱਕ ਨਿਰਗੁਣ ਦੀ ਪੂਜਾ ਹੈ, ਨਿਰਗੁਣ ਦਾ ਮਤਲਬ ਜਿਹੜਾ ਦਿਸਦਾ ਨਹੀਂ ਹੈ, ਮੂਰਤੀ ਬਣਾਉਣ ਵਾਲਾ ਜਿਹੜਾ ਹੈ, ਜਿਸਨੇ ਸਾਰੀ ਰਚਨਾ ਸਾਜੀ ਹੈ। ਇੱਕ ਵੇਖੋ, ਦੁਨੀਆ ਦਾ ਧਿਆਨ ਹੋ ਗਿਆ, ਇੱਕ ਇਸ ਨੂੰ ਰਚਣ ਵਾਲੇ ਵੱਲ ਧਿਆਨ ਹੋ ਗਿਆ। ਗੁਰੂ ਮਹਾਰਾਜ ਨੇ ਜੋ ਸਾਨੂੰ ਰਸਤਾ ਦੱਸਿਆ ਹੈ, ਉਹ ਹੈ, ਉਹ ਇਸ ਸਾਰੀ ਰਚਨਾ ਨੂੰ, ਸਾਨੂੰ ਰਚਣ ਵਾਲਾ ਜਿਹੜਾ ਹੈ, ਉਹਦੇ 'ਚ ਧਿਆਨ ਜੋੜਨਾ। ਉਹਦੇ ਗੁਣ ਦੱਸ ਦਿੱਤੇ ਹਨ ਮਹਾਰਾਜ ਨੇ ਸਾਨੂੰ, ਮੂਲ ਮੰਤਰ ਦੇ ਸਭ ਕੁਝ ਸ਼ੁਰੂਆਤ ਹੀ ਰੱਬ ਦੇ ਗੁਣਾਂ ਤੋਂ ਕੀਤੀ ਹੈ ਕਿ ਆਹ ਜੇ ਰੱਬ ਤੁਹਾਡੇ ਸਾਹਮਣੇ ਜਿਹੜਾ ਹੈ, ਹੋਰ ਨਾ ਪਾਸੇ ਪਿਓ ਕਿਸੇ। ਜਦੋਂ ਇਹਨਾਂ ਗੁਣਾਂ ਨੂੰ ਵਾਰ ਵਾਰ ਸਿਮਰੋਗੇ ਤੁਸੀਂ, ਇਹੀ ਗੁਣ ਤੁਹਾਡੇ ਅੰਦਰ ਪ੍ਰਗਟ ਹੋ ਜਾਣਗੇ, ਤਾਂ ਤੁਸੀਂ ਵਾਹਿਗੁਰੂ ਦਾ ਹੀ ਰੂਪ ਹੋ ਜਾਓਗੇ।
ਤਰੀਕਾ ਸਾਨੂੰ ਇਹ ਦੱਸਿਆ। ਪਹਿਲਾਂ ਮਹਾਰਾਜ ਆਪ ਚੱਲੇ ਹਨ, ਗਾਗੀਰਾ ਬਣਾ ਦਿੱਤਾ ਹੈ, ਫਿਰ ਸਿੱਖਾਂ ਨੂੰ ਕਿਹਾ ਕਿ ਤੁਸੀਂ ਵੀ ਇੱਥੇ ਤੁਰੇ ਆਓ, ਆਪਾਂ ਹੁਣ ਇਸ ਰਸਤੇ 'ਤੇ ਤੁਰੇ ਜਾ ਰਹੇ ਹਾਂ। ਇੱਦਾਂ ਹੀ ਸਾਡੇ ਤੋਂ ਪਹਿਲੇ ਜਿਹੜੇ ਹਨ, ਇਹ ਜਿੰਨਾ ਚਿਰ ਚੱਲੇਗਾ ਸਿਲਸਿਲਾ ਸ੍ਰਿਸ਼ਟੀ ਦਾ, ਇਹ ਜਿਹੜੇ ਇਸ ਤਰ੍ਹਾਂ ਗਾਗੀ ਰਸਤੇ 'ਤੇ ਚੱਲਣਗੇ ਸੌਖੇ ਪਹੁੰਚ ਜਾਣਗੇ। ਪਹੁੰਚਣਾ ਤਾਂ ਰੱਬ ਦੇ ਕੋਲ ਹੀ ਹੈ ਨਾ ਆਪਾਂ ਸਾਰਿਆਂ ਨੇ। ਸੋ ਮਹਾਰਾਜ ਕਹਿੰਦੇ ਕਿ ਵਾਹਿਗੁਰੂ ਪਰਮੇਸ਼ਰ ਇੱਕ ਹੀ ਹੈ, ਜਦੋਂ ਇੱਕ ਹੀ ਹੈ ਤਾਂ ਸਾਰਿਆਂ ਦੇ ਅੰਦਰ ਹੈ, ਫਿਰ ਮੇਰ ਤੇਰ ਕਿਉਂ ਹੈ, ਧਰਮਾਂ ਦੀਆਂ ਲੜਾਈਆਂ ਕਿਉਂ ਹਨ, ਈਰਖਾ ਕਿਉਂ ਹੈ, ਦਵੈਸ਼ ਕਿਉਂ ਹੈ, ਇਹ ਜੋ ਕੁਛ ਵੀ ਹੈ ਹੋਂ ਦੇ ਕਾਰਨ ਹੈ। ਸਿਮਰਨ ਦੇ ਨਾਲ ਹੀ ਹੋਂ ਮਿਟਦੀ ਹੈ। ਗੁਰੂ ਸਾਹਿਬ ਜੀ ਨੇ ਦੇਖੋ ਸਭ ਨੂੰ ਪਿਆਰ ਕੀਤਾ, ਹਿੰਦੂ ਵੀ ਆਏ ਮਹਾਰਾਜ ਕੋ, ਮੁਸਲਮਾਨ ਵੀ ਆਏ, ਇਸ ਤਰ੍ਹਾਂ ਹੀ ਹੋਰ ਵੀ ਬਥੇਰੇ ਆਉਂਦੇ ਰਹੇ, ਸਭ ਨਾਲ ਪਿਆਰ ਕੀਤਾ ਮਹਾਰਾਜ ਨੇ, ਪੂਰਾ ਸਤਿਕਾਰ ਵੀ ਉਹਨਾਂ ਨੂੰ ਦਿੱਤਾ ਹੈ। ਸਿੱਖਾਂ ਨੂੰ ਵੀ ਇਹੀ ਕਿਹਾ ਹੈ ਕਿ ਤੁਸੀਂ ਵੀ ਇਸੇ ਤਰ੍ਹਾਂ ਦੇ ਤੇ ਗਾਗੀ ਰਾਹ ਇਸ ਰਸਤੇ 'ਤੇ ਚਲੋ, ਇਕੱਲਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਓਗੇ ਤਾਂ ਜੇ ਤੁਹਾਡੇ ਅੰਦਰ ਈਰਖਾ ਦਵੈਸ਼ ਹੈ, ਤੁਸੀਂ ਕਹਿੰਦੇ ਕਿ ਮੈਂ ਜਿਹੜਾ ਸਿੱਖ ਹੈ ਇਹ ਜ਼ਿਆਦਾ ਵੱਡਾ ਹੈ, ਜਿਹੜਾ ਕੋਈ ਹੋਰ ਹੈ ਉਹ ਤਾਂ ਐਵੇਂ ਹੀ ਹੈ, ਇਹਨਾਂ ਗੱਲਾਂ ਕਰਿਆ ਕਰੋ। ਇਨਸਾਨ ਧਰਮ ਜਿਹੜਾ ਇੱਕ ਬਾਹਰੀ ਸਰੂਪ ਹੈ ਸਾਡਾ, ਅੰਦਰ ਸਾਡੇ ਵਾਹਿਗੁਰੂ ਹੈ, ਉਸ ਨੂੰ ਆਪਾਂ ਵੇਖਣਾ। ਜੇ ਸਾਰਿਆਂ ਦੇ ਅੰਦਰ ਵਾਹਿਗੁਰੂ ਹੈ ਤਾਂ ਉਸ ਵਾਹਿਗੁਰੂ ਦੀ ਪਹਿਚਾਣ ਕਰੀਏ। ਵਾਹਿਗੁਰੂ ਤਾਂ ਨਾ ਗਰੀਬ ਹੈ ਨਾ ਅਮੀਰ ਹੈ, ਵਾਹਿਗੁਰੂ ਨਾ ਦੁਖੀ ਹੈ ਨਾ ਸੁਖੀ ਹੈ, ਉਹ ਤਾਂ ਸਦਾ ਇੱਕ ਰਸ ਹੈ। ਜੇ ਆਪਾਂ ਇੰਝ ਪਹਿਚਾਣ ਕਰਾਂਗੇ, ਸਿਮਰਨ ਕਰਨ ਦਾ ਮਤਲਬ ਇਹ ਹੈ ਕਿ ਸਾਡੇ ਮਨ ਦੀ ਅਵਸਥਾ ਸਾਰੀ ਬਦਲੇ, ਸਾਡੇ ਅੰਦਰੋਂ ਜਿਹੜੀਆਂ ਆਹ ਗੱਲਾਂ ਹਨ ਜਿਨ੍ਹਾਂ ਦਾ ਪਰਹੇਜ਼ ਕਰਨ ਲਈ ਮਹਾਰਾਜ ਨੇ ਕਿਹਾ ਹੈ, ਗੁਰਪੁਰਬ ਸੰਜਮ ਕਰਦੀ ਆ, ਨਾਨਕ ਤੋਂ ਫਿਰ ਦੁਖਦੀ ਹੈ, ਸੰਜਮ ਹੈ ਇਹ, ਪਰਹੇਜ਼ ਹੈ। ਜਿਹੜਾ ਇਸ ਪਰਹੇਜ਼ ਨੂੰ ਰੱਖ ਕੇ ਸਿਮਰਨ ਕਰੇਗਾ, ਮਹਾਰਾਜ ਕਹਿੰਦੇ ਉਹਨੂੰ ਫਿਰ ਹਰ ਥਾਂ ਹਰ ਪਾਸੇ ਹਰ ਇੱਕ ਦੇ ਵਿੱਚ ਹੀ ਰੱਬ ਦਿਸਦਾ ਹੈ। ਸਮੇਂ ਜੋਤ ਜੋਤ ਐ ਸੋਏ, ਇਸਦੇ ਚਾਨਣ ਸਮੇਂ ਚਾਨਣ ਹੋਏ। ਘੱਗਾ ਘਾਲੋ ਮਨੇ ਇਹ ਬਿਨ ਹਰ ਦੂਸਰ ਨਾਹੀਂ, ਘੱਗੇ ਅੱਖਰ ਦੇ ਰਾਹੀਂ, ਜਿਵੇਂ ਪਹਿਲਾਂ ਘੱਗੇ ਅੱਖਰ ਰਾਹੀਂ ਉਪਦੇਸ਼ ਦਿੱਤਾ ਹੈ, ਇਹ ਉਪਦੇਸ਼ ਦੇਣ ਦਾ ਢੰਗ ਹੈ, 52 ਅੱਖਰੀ ਇੱਕ ਅੱਖਰ ਦੇ ਅਨੁਸਾਰ ਉਪਦੇਸ਼ ਕਿ ਹੇ ਪਿਆਰਿਓ, ਘੱਗੇ ਅੱਖਰ ਦੇ ਰਾਹੀਂ ਉਪਦੇਸ਼ ਹੈ, ਘੱਲ ਹੋ, ਦ੍ਰਿੜ ਕਰੋ ਆਪਣੇ ਅੰਦਰ, ਮਨ ਦੇ ਵਿੱਚ ਦ੍ਰਿੜ ਕਰ ਲਓ। ਬਿਨ ਹਰ ਦੂਸਰ ਨਾਹੀਂ, ਰੱਬ ਦੇ ਬਰਾਬਰ ਕੋਈ ਹੋਰ ਨਹੀਂ ਹੈ, ਉਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਉਹੀ ਹਰਤਾ ਹੈ, ਨਾਸ਼ ਕਰਨ ਵਾਲਾ ਹੈ, ਬਣਾਉਣ ਵਾਲਾ ਵੀ ਉਹੀ, ਅਤੇ ਉਹੀ ਪਾਲਣਾ ਕਰਨ ਵਾਲਾ ਹੈ। ਵੱਖਰੇ ਵੱਖਰੇ ਨਹੀਂ ਹਨ, ਜਿਹੜੇ ਇੱਥੇ ਸਾਡੇ ਚੱਲ ਰਿਹਾ ਸੀ ਨਾ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦੀ ਬਾਣ, ਮਹਾਰਾਜ ਨੇ ਇਸ ਗੱਲ ਦਾ ਖੰਡਨ ਕਰ ਦਿੱਤਾ ਹੈ। ਕਹਿੰਦੇ ਨਹੀਂ, ਇਹੋ ਜਿਹੀ ਗੱਲ ਨਹੀਂ ਹੈ, ਵਾਹਿਗੁਰੂ ਆਪ ਹੀ ਸਭ ਕੁਛ ਕਰ ਰਿਹਾ ਹੈ, ਰੋਜੀ ਅਤੇ ਹਿੰਦ ਵੀ ਉਹੀ ਹੈ, ਪ੍ਰਤਿਪਾਲਕ ਉਹੀ ਹੈ, ਮਾਰੇ ਰੱਖ ਹੈ ਇੱਕ ਆਪ, ਉਹੀ ਮਾਰਨ ਵਾਲਾ ਹੈ, ਉਹੀ ਰੱਖਣ ਵਾਲਾ ਹੈ,
ਉਹੀ ਜਨਮ ਦੇਣ ਵਾਲਾ ਹੈ। ਵਾਹਿਗੁਰੂ ਵਾਹਿਗੁਰੂ। ਇਹ ਗੱਲ ਪੱਕੀ ਕਰ ਲਓ ਮਨ ਦੇ 'ਚ ਵੀ ਮਨ ਦੇ ਵਿੱਚ ਤੁਸੀਂ ਇਹ ਨਹੀਂ ਹੈ ਕਿ ਹੁਣ ਦੇਖੋ ਆਪਾਂ ਕਰਦੇ ਹਾਂ ਹਰ ਇੱਕ ਦਾ ਹੀ ਦਾਸ ਨੇ ਦੇਖਿਆ ਬਹੁਤ ਸਾਰੇ ਗੁਰਦੁਆਰਿਆਂ 'ਚ ਨਾ ਫੋਟੋਆਂ ਲਾਈਆਂ ਹੋਈਆਂ ਗੁਰੂ ਮਹਾਰਾਜ ਦੀਆਂ ਜਾਂ ਸੰਤਾਂ ਮਹਾਤਮਾ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ। ਇੱਥੇ ਵੀ ਸਾਡੇ ਬੰਗਾ ਸਾਹਿਬ ਦੇ ਵਿੱਚ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਲਾਈ ਹੁੰਦੀ ਸੀ ਦਾਸ ਨੇ ਲਵਾ ਦਿੱਤੀ ਉੱਥੋਂ ਜਦੋਂ ਪ੍ਰਕਾਸ਼ ਕਰਤਾ ਨਾ ਥੱਲੇ ਪਹਿਲਾਂ ਪੜੰਗੇ ਉੱਤੇ ਸੁੱਖ ਆਸਣ ਹੁੰਦਾ ਸੀ ਮਹਾਰਾਜ ਦਾ ਉਦੋਂ ਬਾਅਦ ਜਦੋਂ ਇਹ ਪ੍ਰਕਾਸ਼ ਕੀਤਾ ਹੈ ਉਸ ਤੋਂ ਬਾਅਦ ਨਾ ਪਿੱਛੋਂ ਫੋਟੋ ਲਾ ਦਿੱਤੀ ਸੀ। ਉਹਦਾ ਕਾਰਨ ਕੀ ਸੀ? ਜਿਨ੍ਹਾਂ ਨੂੰ ਗਿਆਨ ਨਹੀਂ ਉਹ ਜਦੋਂ ਸੰਗਤ ਆਉਂਦੀ ਸੀ ਨਾ ਉਹ ਮਹਾਰਾਜ ਦੇ ਉੱਤੇ ਚੌਰ ਕਰਨ ਦੀ ਥਾਂ ਉਸ ਫੋਟੋ ਵੱਲ ਮੂੰਹ ਕਰਕੇ ਉਹਦੇ 'ਤੇ ਚੌਰ ਕਰਨਾ ਪੈਂਦੇ ਸੀ। ਖਲੋਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੁੰਦੇ ਸੀ ਅਤੇ ਵਿਹਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਫੋਟੋ ਵੱਲ ਹੁੰਦੇ ਸੀ। ਦੋ ਹੋ ਗਈਆਂ ਨਾ ਗੱਲਾਂ, ਇੱਕ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਦਸਵੇਂ ਰੂਪ 'ਚ ਕਹਿ ਦਿੱਤਾ ਨਾ ਕਿ ਮੈਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂ। ਅਤੇ ਜਦੋਂ ਉਹਨਾਂ ਨੇ ਕਹਿ ਹੀ ਦਿੱਤੀ ਗੱਲ ਫਿਰ ਫੋਟੋ 'ਚ ਕਿੱਥੋਂ ਉਹ ਫਿਰ ਫੋਟੋ ਦੀ ਪੂਜਾ ਬਹੁਤ ਸਾਰੇ ਗੁਰਦੁਆਰਿਆਂ 'ਚ ਇੱਦਾਂ ਹੁੰਦਾ ਸੀ। ਆਰਜਨ ਨਗਰ ਵੀ ਦਾਸ ਗਿਆ ਉੱਥੇ ਵੀ ਉੱਥੇ ਬੜੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਉਹ ਬੀਬੀਆਂ ਆਉਂਦੀਆਂ ਸੀ ਫੋਟੋਆਂ 'ਤੇ ਚੌਰ ਕਰੀ ਜਾਂਦੀਆਂ ਸੀ ਦਸ ਗੁਰੂ ਸਾਹਿਬਾਨ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ। ਇਸ ਤਰ੍ਹਾਂ ਇਹ ਅਗਿਆਨਤਾ ਹੈ। ਗੁਰੂ ਗ੍ਰੰਥ ਸਾਹਿਬ 'ਚ ਸਾਰੇ ਸੰਤ ਹਨ ਭਗਤ ਹਨ ਗੁਰੂ ਦੇ ਅਤ ਪਿਆਰੇ ਸਿੱਖ ਹਨ। ਫਿਰ ਕਿਸੇ ਹੋਰ ਦੀ ਫੋਟੋ ਲਾਉਣ ਦਾ ਇੱਥੇ ਕੀ ਮਤਲਬ ਹੋ ਗਿਆ? ਦੋ ਹੋ ਗਏ ਨਾ, ਇੱਕ ਫੋਟੋ ਵਾਲਾ ਹੋ ਗਿਆ ਇੱਕ ਇਹ ਹੋ ਗਿਆ। ਇਸ ਗੱਲ ਨੇ ਸਾਨੂੰ ਜਿਹੜਾ ਹੈ ਉਹ ਕਿਸੇ ਬੰਦੇ ਨਹੀਂ ਇਹ ਗੱਲ ਲੱਗਣ ਦਿੰਦੀ। ਦੁਬਿਧਾ ਇਹ ਹੈ ਦੋ ਬੇੜੀਆਂ 'ਚ ਪੈਰ ਰੱਖੇ ਹੋਏ ਹਨ। ਗਿਆਨ ਨਹੀਂ ਹੈ, ਸੰਗਤ ਨਹੀਂ ਕਰਦੇ ਹਾਂ, ਸੰਗਤ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਇੱਕ 'ਤੇ ਭਰੋਸਾ ਹੈ ਆਂਦੇ ਮਨ 'ਚ ਪੱਕੀ ਗੱਲ ਹੋ ਨਾ ਹੋਵਾ ਨਾ ਹੋਵੇ ਨਾ ਜਦ ਕਦ ਉਹੀ ਸਮਾਏ। ਨਾ ਤਾਂ ਕੋਈ ਪਹਿਲਾਂ ਹੋਇਆ ਉਹਦੇ ਬਰਾਬਰ ਨਾ ਹੋਵੇਗਾ। ਅਸਲੀਅਤ ਕੀ ਹੈ ਕਿ ਵਾਹਿਗੁਰੂ ਪਰਮੇਸ਼ਰ ਜੋਤ ਰੂਪ ਵਿੱਚ ਪ੍ਰਕਾਸ਼ ਰੂਪ ਵਿੱਚ ਸਭ ਥਾਂ ਸਮਾਇਆ ਹੋਇਆ ਹੈ। ਧੁਨੀ ਕਹਿ ਦਿਓ, ਧੁਨੀ ਪ੍ਰਕਾਸ਼ ਬਣ ਜਾਂਦੀ ਹੈ। ਧੁਨ ਹੈ ਨਾ ਜਿਹੜੀ ਕੋਈ ਵੀ ਜਿਹੜੀ ਚੀਜ਼ ਹੈ, ਜਿਵੇਂ ਤੁਸੀਂ ਸਭ ਤੋਂ ਸੂਖਮ ਚੀਜ਼ ਕੀ ਹੈ ਐਟਮ ਜਿਹਨੂੰ ਕਹਿੰਦੇ ਹਨ ਅਣੂ। ਹੁਣ ਛੋਟੇ ਤੋਂ ਛੋਟਾ ਜਿਹੜਾ ਐਟਮ ਛੋਟੀ ਤੋਂ ਛੋਟੀ ਚੀਜ਼ ਹੈ ਜਿਹੜੀ ਆਪਾਂ ਨੂੰ ਦਿਸਦੀ ਨਹੀਂ ਅੱਖਾਂ ਦੇ ਨਾਲ, ਜਦੋਂ ਉਹਨੂੰ ਤੋੜਦੇ ਹਨ ਪਹਿਲਾਂ ਧੁਨੀ ਹੁੰਦੀ ਹੈ ਫਿਰ ਪ੍ਰਕਾਸ਼ ਹੋ ਜਾਂਦਾ। ਐਟਮ ਬੰਬ ਉਸੇ ਸਿਧਾਂਤ 'ਤੇ ਬਣੇ ਹਨ। ਇਸੇ ਤਰ੍ਹਾਂ ਹੀ ਆਪਾਂ ਪਿੱਛੇ ਸੁਣ ਰਹੇ ਸੀ ਸਾਡੇ ਅੰਦਰ ਵੀ ਧੁਨੀ ਹੈ, ਅਨਹਦ ਤੂਰੇ ਜਿਹਨੂੰ ਕਿਹਾ ਹੈ। ਅਨਹਦ ਸ਼ਬਦ ਜਿਹੜਾ ਹੈ ਉਹ ਸਾਡੇ ਅੰਦਰ ਧੁਨੀ ਹੈ। ਜਦੋਂ ਸਿਮਰਨ ਕਰਦਿਆਂ ਕਰਦਿਆਂ ਸੁਰਤੀ ਉੱਥੋਂ ਤੱਕ ਪਹੁੰਚ ਜਾਂਦੀ ਹੈ ਤਾਂ ਪਹਿਲਾਂ ਉਹ ਅਨਹਦ ਧੁਨੀ ਸਾਡੇ ਅੰਦਰ ਪ੍ਰਗਟ ਹੁੰਦੀ ਹੈ, ਫਿਰ ਉਹੀ ਪ੍ਰਕਾਸ਼ ਦਾ ਰੂਪ ਬਣ ਜਾਂਦੀ। ਧੁਨੀ ਹੀ ਪ੍ਰਕਾਸ਼ ਦਾ ਰੂਪ ਬਣ ਜਾਂਦੀ, ਫਿਰ ਸਾਨੂੰ ਉਹੀ ਪ੍ਰਕਾਸ਼ ਅੰਦਰ ਅਤੇ ਬਾਹਰ ਦਿਸਦਾ ਹੈ। ਜੈ ਜੈ ਪੇਖੋ ਤੈਂ ਹਜ਼ੂਰ
ਦੂਰ ਕਤੋਂ ਨਾ ਜਾਏ। ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਈ। ਸੋ ਅੰਦਰ ਵੀ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ। ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਪਾਲ ਪੰਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਾ ਤੈ ਸਕਣ ਪੌਣ ਪਾਣੀ ਬੈਸ ਅੰਤਰ ਮਾਹੇ ਚਾਰ ਕੁੰਟ ਦਹਿ ਦੇ ਸਿਸਮ। ਦੇਖੋ ਸਾਰਾ ਪੜ੍ਹਦੇ ਹਾਂ ਨਾ ਆਪਾਂ, ਮਹਾਰਾਜ ਨੇ ਕਹਿ ਦਿੱਤਾ ਸਾਰਾ ਕੁਛ ਕਿ ਉਹਨੂੰ ਐਵੇਂ ਆਸੇ ਪਾਸੇ ਨਾ ਲੱਭਦੇ ਫਿਰੋ, ਜੋ ਤੁਹਾਡੇ ਅੰਦਰ ਹੈ ਵੀ ਅੰਦਰੋਂ ਖੋਜੋ ਉਹਨੂੰ। ਵਾਹਿਗੁਰੂ ਵਾਹਿਗੁਰੂ ਘੁਲੇ ਤੋ ਮਨ ਜੋ ਆਵੇ ਸ਼ਰਨਾ। ਘੁਲਣਾ ਕੀ ਹੁੰਦਾ? ਕਿਸੇ ਚੀਜ਼ ਨੂੰ ਘੋਲ ਦੇਣਾ। ਜਿਵੇਂ ਆਪਾਂ ਕਿਸੇ ਆਪਾਂ ਜੇ ਪਾਣੀ 'ਚ ਮਿੱਠਾ ਮਿੱਠਾ ਪਾਣੀ ਬਣਾਉਣਾ ਹੋਵੇ ਤਾਂ ਗੁੜ ਜਾਂ ਆਪਾਂ ਖੰਡ ਪਾਏ ਘੋਲਦੇ ਹਨ, ਘੁਲ ਜਾਂਦੀ ਹੈ ਵਿੱਚ, ਇਹਨੂੰ ਘੁਲ ਜਾਣਾ ਕਹਿੰਦੇ ਹਨ। ਹੁਣ ਕੀ ਹੈ, ਅਸੀਂ ਆਪਣੇ ਨਾਲੋਂ ਰੱਬ ਨੂੰ ਵੱਖਰਾ ਸਮਝਦੇ ਹਾਂ, ਆਪਣੇ ਨਾਲੋਂ ਬਾਣੀ ਨੂੰ ਵੱਖਰਾ ਸਮਝਦੇ ਹਾਂ। ਹੁਣ ਬਾਣੀ ਵਿੱਚ ਘੋਲਣਾ ਹੈ, ਆਪਣੇ ਆਪ ਨੂੰ ਘੋਲਣਾ ਹੈ, ਝਕੋਲਣਾ ਹੈ, ਬਾਣੀ ਨੂੰ ਵਿਚਾਰ ਕੇ ਪੜ੍ਹਨਾ ਨਾ, ਜਿਹੜੀ ਬਾਣੀ ਦੀ ਵਿਚਾਰ ਹੈ ਨਾ, ਇਹ ਆਪਣੇ ਆਪ ਨੂੰ ਘੋਲਣਾ ਹੈ ਇਹਦੇ ਵਿੱਚ। ਜਿਹੜਾ ਬਾਣੀ ਨੂੰ ਉੱਦਾਂ ਹੀ ਪੜ੍ਹੀ ਜਾਣਾ ਹੈ, ਸਮਝ ਲਓ ਤੁਸੀਂ ਵਿੱਚ ਮਿੱਠਾ ਪਾ ਲਿਆ ਹੈ, ਖੰਡ ਥੱਲੇ ਬੈਠੀ ਰਹਿ ਗਈ, ਤੁਸੀਂ ਉੱਤੋਂ ਤੋਂ ਪਾਣੀ ਪੀ ਲਿਆ, ਕਹਿੰਦੇ ਜੇ ਤਾਂ ਫਿੱਕਾ ਹੀ ਹੈ, ਸਵਾਦ ਨਹੀਂ ਨਾ ਆਇਆ ਤੁਹਾਨੂੰ ਮਿੱਠੇ ਪਾਣੀ ਦਾ। ਆਪਾਂ ਇੱਦਾਂ ਬਾਣੀ ਪੜ੍ਹਦੇ ਹਾਂ, ਇਸ ਤਰ੍ਹਾਂ ਨਾਮ ਜਪਦੇ ਹਾਂ। ਸੋ ਜਿੰਨਾ ਚਿਰ ਆਪਣਾ ਮਨ ਨਹੀਂ ਨਾ ਘੁਲੇਗਾ ਇਹਦੇ ਵਿੱਚ, ਮਨ ਨੂੰ ਘੋਲਣਾ ਹੈ, ਮਤਲਬ ਪਿਆਰ ਦੇ ਨਾਲ ਇਸ ਨੂੰ ਪੜ੍ਹਨਾ ਹੈ। ਗੁਰੂ ਦਾ ਹਰ ਕੰਮ ਜਿਹੜਾ ਪਿਆਰ ਨਾਲ ਕਰਨਾ। ਜੋ ਆਵੇ ਸ਼ਰਨ, ਜੇ ਸ਼ਰਨ ਵਿੱਚ ਆ ਜਾਵੇ ਗੁਰੂ ਦੀ ਜ ਅਤੇ ਆਪਣੇ ਮਨ ਨੂੰ ਘੋਲੇ, ਨਾਮ ਤਤ ਕਲ ਮੈਂ ਪੁਨੇ ਚਰਨਾ, ਗੁਰੂ ਫਿਰ ਸਾਰਾ ਨਿਬੇੜਾ ਕਰ ਦੇਗਾ, ਗਿਆਨ ਦਾ ਪ੍ਰਕਾਸ਼ ਉਸਦੇ ਅੰਦਰ ਕਰੇਗਾ ਕਿ ਪਿਆਰਿਆ ਪੁਨੇ ਚਰਨਾ ਕੀ ਹੁੰਦਾ? ਪੁਨੇ ਚਰਨ ਸੁਖਮਨੀ ਸਾਹਿਬ 'ਚ ਹੋਇਆ, ਅਨਕ ਪੁਨੇ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋ ਪਾਪ ਪਰ। ਪੁਨੇ ਚਰਨ ਪੁੰਨ ਕਰਮ, ਜਿਹੜੇ ਪਾਪਾਂ ਨੂੰ ਕੱਟਣ ਵਾਸਤੇ ਪੁੰਨ ਕਰਮ ਕੀਤੇ ਜਾਂਦੇ ਹਨ ਸ਼ਾਸਤਰਾਂ ਦੇ ਅਨੁਸਾਰ, ਉਹਨਾਂ ਨੂੰ ਪੁਨੇ ਚਰਨ ਕਹਿੰਦੇ ਹਨ। ਜਿਵੇਂ ਤੀਰਥ 'ਤੇ ਲੋਕ ਇਸ਼ਨਾਨ ਗਏ, ਚਲੋ ਜੀ ਗੰਗਾ 'ਤੇ ਇਸ਼ਨਾਨ ਕਰੋ, ਉੱਥੇ ਜਾ ਕੇ ਪਾਪ ਕੱਟੇ ਜਾਂਦੇ ਹਨ, ਲੋਕ ਤਾਂ ਜਾਂਦੇ ਹਨ ਗੰਗਾ ਦੇ ਉੱਤੇ। ਜੇ ਨਹੀਂ ਗਿਆ ਤਾਂ ਮਰੇ ਦੀਆਂ ਹੱਡੀਆਂ ਉੱਥੇ ਪਾ ਦਿੰਦੇ ਹਨ ਕਿ ਚਲੋ ਜੀ ਇਹਦੀਆਂ ਹੱਡੀਆਂ ਹੀ ਸੀ, ਇਹਦੇ ਪਾਪ ਕੱਟੇ ਜਾਣ ਸਾਰੇ ਜੀਵਨ ਦੇ, ਇਹ ਉਹਨਾਂ ਦਾ ਮਤਲਬ ਇਹ ਹੁੰਦਾ। ਇਹ ਪੁਨੇ ਚਰਨ ਹੈ। ਇਸੇ ਤਰ੍ਹਾਂ ਹੀ ਹੋਰ ਕਈ ਕਰਮ ਹਨ, ਜਿਵੇਂ ਕੋਈ ਜੱਗ ਲਾਉਂਦਾ ਹੈ, ਬੜੇ ਤਰ੍ਹਾਂ ਤਰ੍ਹਾਂ ਦੇ ਜੱਗ ਲਾਉਂਦੇ ਰਹੇ, ਹਜ਼ਾਰਾਂ ਰੁਪਈਆ ਉਹਨਾਂ 'ਤੇ ਉਸ ਸਮੇਂ ਦੇ ਵਿੱਚ ਖਰਚ ਕਰਦੇ ਸਨ, ਭੰਡਾਰੇ ਕਰਨੇ, ਇਹ ਸਾਰੇ ਇਹ ਪੁੰਨ ਕਰਮ ਹਨ। ਇਹ ਮਹਾਰਾਜ ਕਹਿੰਦੇ ਕਿ ਉੱਥੇ ਵੀ ਇਹੀ ਗੱਲ ਸਮਝਾਈ ਹੈ ਕਿ ਅਨਕ ਪੁਨੇ ਚਰਨ ਕਰਤ ਨਹੀਂ ਤਰੇ, ਪੁੰਨ ਕਰਮ ਕਰਨ ਦੇ ਨਾਲ ਨਹੀਂ ਭਲਾ ਹੋਣਾ। ਹਰ ਕੋ ਨਾਮ ਕੋਟ ਪਾਪਰ ਹਰੇ, ਹਰੀ ਦਾ ਨਾਮ ਜਿਹੜਾ ਹੈ ਕਰੋੜਾਂ ਪਾਪ ਕੱਟ ਦਿੰਦਾ ਹੈ। ਪੁੰਨ ਕਰਮ ਦੇ ਨਾਲ ਪਾਪ ਨਹੀਂ ਕੱਟਿਆ ਜਾਂਦਾ, ਐਵੇਂ ਭਰਮ ਹੈ ਇੱਕ ਆਪਾਂ ਨੂੰ ਪਿਆ ਹੋਇਆ, ਐਵੇਂ ਮਨ ਦੀ ਤਸੱਲੀ ਹੈ, ਇੱਕ ਪਾਓ ਲੱਤੀ ਨਾਤਿਆਂ ਦੋਏ ਪਾ ਚੜੇ ਸੁਰ, ਸਗੋਂ ਹੋਰ ਕੰਮ ਵਿਗੜਦਾ ਜਾਂਦਾ ਹੈ। ਵਾਹਿਗੁਰੂ ਫਿਰ ਕੀ ਕਰੀਏ ਮਹਾਰਾਜ? ਕਹਿੰਦੇ ਨਾਮ ਤਤ ਹੈ,
ਕਲਮ ਹੈ, ਕਲਮ ਹੈ ਤਾਂ ਕਲਯੁੱਗ, ਹੁਣ ਕਲਯੁੱਗ ਹੈ ਨਾ, ਕਲ ਕੇਵਲ ਨਾਮ ਆਧਾਰ। ਦੋ ਗੱਲਾਂ ਮਹਾਰਾਜ ਨੇ ਕਹੀਆਂ ਹਨ, ਕਲਯੁੱਗ ਮੈਂ ਕੀਰਤਨ ਪ੍ਰਧਾਨ ਹਾਂ, ਵਾਹਿਗੁਰੂ ਦੀ ਕੀਰਤੀ ਕਰਨੀ, ਉਹਦਾ ਜਸ ਕਰਨਾ ਸੰਗਤ ਦੇ ਵਿੱਚ ਮਿਲ ਕੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਦੂਸਰਾ ਹੈ ਨਾਮ, ਨਾਮ ਦਾ ਜਾਪ, ਦੋਵੇਂ ਗੱਲਾਂ ਕਰਨੀਆਂ ਹਨ ਆਪਾਂ ਸਿੱਖਣੇ। ਦੇਖੋ ਆਪਾਂ ਦੋਵੇਂ ਗੱਲਾਂ ਕਰਦੇ ਹਾਂ, ਨਾਮ ਵੀ ਜਪਣਾ ਅਤੇ ਨਾਲ ਕੀਰਤਨ ਵੀ, ਕਥਾ ਵੀ। ਮਹਾਰਾਜ ਕਹਿੰਦੇ ਕਿ ਇਹ ਹੈ ਤੱਤ ਕਿ ਕਿਵੇਂ ਸਾਡਾ ਪਾਪ ਕਿਵੇਂ ਕੱਟੇ ਜਾਂਦੇ ਹਨ। ਕਹਿੰਦੇ ਕਿ ਜਿਵੇਂ ਕੱਪੜੇ ਗੰਦੇ ਹੋਏ ਹੋਣ, ਪਹਿਲਾਂ ਹੱਥ ਪੈਰ ਗੰਦੇ ਹੋਣ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸਕੇ, ਪਾਣੀ ਨਾ ਧੋਵੋ, ਲੈ ਜੇ ਕਿ ਉੱਥੋਂ ਮਿੱਟੀ ਸਾਰੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈ ਉੱਤੇ, ਕੱਪੜੇ ਗੰਦੇ ਹੋ ਜਾਂਦੇ ਹਨ ਸਾਬਣਾ ਧੋ ਲਈਦੇ ਹਨ। ਭਰੀਏ ਮਤ ਪਾਪਾਂ ਕਹਿ ਸੰਗੋ ਧੋਪਾ ਨਾ ਆਏ। ਇਹ ਜਿਹੜੀ ਮਤ ਹੈ ਨਾ, ਸਾਡਾ ਮਨ ਗੰਦਾ ਹੋ ਜਾਂਦਾ ਹੈ ਪਾਪ ਕਰ ਕਰ, ਗਲਤ ਕੰਮ ਜਿਹੜੇ ਕਰ ਦੇਣਾ, ਜਿਹੜੇ ਰੱਬ ਦੀ ਰਜ਼ਾ ਤੋਂ ਉਲਟ ਕਰਦੇ ਹਾਂ, ਜੋ ਕੁਛ ਵੀ ਕਰਦੇ ਹਾਂ ਉਹ ਪਾਪ ਹੈ। ਉਹ ਸਾਡੇ ਅੰਦਰ ਅੰਦਰ ਸਾਡੇ ਮਨ ਦੇ ਵਿੱਚ ਲਿਖਿਆ ਜਾਂਦਾ ਹੈ, ਅੰਦਰ ਹੀ ਲੇਖ ਲਿਖੀ ਜਾ ਰਿਹਾ ਵਾਹਿਗੁਰੂ, ਜਮ੍ਹਾਂ ਹੋਈ ਜਾਂਦੇ ਹਨ ਜਿੰਨੇ ਕਰਦੇ ਹਾਂ ਆਪਾਂ। ਚੰਗੇ ਕੰਮ ਵੀ ਲਿਖੇ ਜਾ ਰਹੇ ਹਨ ਅਤੇ ਮਾੜੇ ਵੀ ਲਿਖੇ ਜਾ ਰਹੇ ਹਨ। ਇਹ ਜਿਹੜੇ ਮੈਲ ਲੱਗ ਰਹੀ ਹੈ ਇਹਨਾਂ ਦੀ ਪਾਪਾਂ ਦੀ, ਮਹਾਰਾਜ ਕਹਿੰਦੇ ਇਹ ਨਾਮ ਦੇ ਨਾਲ ਲੈਣੀ ਹੈ। ਨਾਮ ਜਪੋ, ਨਾਮ ਦੇ ਨਾਲ ਜਿਵੇਂ ਜਿਵੇਂ ਜਪੋਗੇ ਤੁਹਾਡਾ ਮਨ ਨਿਰਮਲ ਹੋਵੇਗਾ। ਜਿਹੜਾ ਆਪਾਂ ਕਹਿੰਦੇ ਮਨ ਨਹੀਂ ਟਿਕਦਾ ਹੈ ਜੀ, ਬਾਣੀ ਪੜ੍ਹਦੇ ਹਾਂ ਮਨ ਨਹੀਂ ਟਿਕਦਾ ਹੈ, ਨਾਮ ਜਪਦੇ ਮਨ ਨਹੀਂ ਟਿਕਦਾ ਹੈ, ਸੰਗਤ 'ਚ ਬਹਿੰਦੇ ਮਨ ਨਹੀਂ ਟਿਕਦਾ, ਮੈਲ ਬੜੀ ਹੈ ਨਾ, ਇਹ ਮੈਲ ਲੈਂਦੀ ਹੈ। ਸਾਡੇ ਧਿਆਨ ਦੇ ਵਿੱਚ ਜਿਹੜੀਆਂ ਗੱਲਾਂ ਆਉਂਦੀਆਂ ਹਨ ਉਹ ਅੰਦਰ ਵਸੀਆਂ ਹੋਈਆਂ, ਉਹ ਨਿਕਲ ਰਹੀਆਂ ਹਨ ਜਦੋਂ ਨਾਮ ਵੱਲ ਧਿਆਨ ਜਾਂਦਾ ਹੈ ਸਾਡਾ। ਜਦੋਂ ਗੁਰੂ ਦੇ ਸ਼ਬਦ ਵੱਲ ਧਿਆਨ ਜਾਏਗਾ ਨਾ ਸਾਡਾ, ਉਦੋਂ ਇਹ ਮੈਲ ਲੈਣੀ ਸ਼ੁਰੂ ਹੋ ਜਾਂਦੀ ਹੈ। ਜਿੰਨਾ ਮਨ ਭੱਜਦਾ ਨਾ ਇੱਧਰ, ਉਹ ਲੈ ਰਹੀ ਹੈ, ਨਾਮ ਉਹਦੀ ਥਾਂ ਲੈ ਰਿਹਾ, ਨਾਮ ਬਣਾ ਰਿਹਾ ਆਪਣੀ ਥਾਂ। ਜਿੰਨਾ ਜ਼ਿਆਦਾ ਗੰਦਾ ਹੈ, ਜਿੰਨੇ ਜ਼ਿਆਦਾ ਅੰਦਰ ਸਾਡੇ ਭੈੜੇ ਵਿਚਾਰ ਹਨ, ਉਹ ਸਾਰੇ ਹੀ ਜੋ ਕੁਛ ਲੈ ਕੇ ਬੈਠੇ ਹਨ ਅੰਦਰ, ਉਹ ਸਾਰੇ ਹੀ ਉਹਨਾਂ ਨੂੰ ਕੱਢਣਾ ਹੈ ਨੇ। ਜਿੰਨਾ ਜ਼ਿਆਦਾ ਗੰਦਾ ਹੈ ਉਹਨੂੰ ਮਿਹਨਤ ਜ਼ਿਆਦਾ ਕਰਨੀ ਪਏਗੀ, ਜ਼ਿਆਦਾ ਗੰਦੇ ਕੱਪੜੇ ਨੂੰ ਕਈ ਵਾਰੀ ਸਾਬਣ ਲਾਉਣਾ ਪੈਂਦਾ ਹੈ। ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਨਾਮ ਜਿਹੜਾ ਹੈ ਸ਼੍ਰੋਮਣੀ ਹੈ, ਘਾਲ ਘਾਲ ਅਨਕ ਪਛਤਾਵੇ, ਇਸ ਤੋਂ ਬਿਨਾਂ ਹੋਰ ਘਾਲਣਾ ਕਰਨ ਵਾਲੇ, ਸੁੱਚਮਤਾ ਰੱਖਣ ਵਾਲੇ ਬੜੇ ਹਨ, ਬੜੀ ਸੁੱਚਮਤਾ ਰੱਖਦੇ ਲੋਕ, ਕਈ ਵਾਰੀ ਹੱਥ ਮਾਂਜੀ ਜਾਣੇ, ਚੂੜੀਆਂ ਕਰੀ ਜਾਣੀਆਂ, ਮੁੜ ਮੁੜ ਕੇ ਨਹਾਈ ਜਾਣਾ, ਇਹ ਸੁੱਚਮਤਾ ਹੈ ਨਾ। ਮਹਾਰਾਜ ਕਹਿੰਦੇ ਸੋਚਾ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਇੱਥੇ ਸੁੱਚਮਤਾ ਦਾ ਪਹਿਲੀ ਗੱਲ ਸੁੱਚਮਤਾ ਦੀ ਆ ਗਈ, ਕਿਉਂਕਿ ਇੱਥੇ ਸਾਡੇ ਦੇਸ਼ 'ਚ ਸੁੱਚਮਤਾ ਨੂੰ ਜ਼ਿਆਦਾ ਜ਼ੋਰ ਦਿੰਦੇ ਬਾਹਮਣ, ਸਾਰੇ ਮੁਸਲਮਾਨ ਵੀ। ਮਹਾਰਾਜ ਨੇ ਕਹਿਤਾ, ਸ਼ੁਰੂ 'ਚ ਹੀ ਕਹਿਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਆਦਿ 'ਚ ਹੀ ਕਿ ਸੁੱਚਮਤਾ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਸਰੀਰ ਨਾਲ ਸੰਬੰਧ ਹੈ। ਸਰੀਰ ਤੁਹਾਡਾ ਤੰਦਰੁਸਤ ਰਹੇਗਾ, ਸੁੱਚੇ ਰਹੋਗੇ ਤਾਂ। ਮਨ ਨਹੀਂ ਬਾਹਰਲੇ, ਆਪਾਂ ਨਹਾ ਕੇ ਆਪਾਂ ਮਨ ਨਹੀਂ ਸੁੱਚਾ ਕਰ ਸਕਦੇ। ਜਿੰਨਾ ਮਰਜ਼ੀ ਸਾਬਣ ਲਾ ਲਓ, ਇੱਥੇ ਖੁਸ਼ਬੂਦਾਰ ਸੈਂਕੜੇ ਲਾ ਲਓ, ਜੇ ਮਨ ਦੇ ਵਿੱਚ ਗੰਦਗੀ ਹੈ, ਮੰਦੇ ਵਿਚਾਰ ਹਨ, ਤਾਂ ਸੈਂਕੜੇ ਬਾਹਰ ਦਾ ਕੀ ਕਰੇਗਾ ਤੁਹਾਡਾ।
ਇਹ ਬਾਹਰਲੀ ਖੁਸ਼ਬੂ ਜਿਹੜੀ ਹੈ ਅੰਦਰਲੀ ਗੰਦਗੀ ਨੂੰ ਨਹੀਂ ਚੱਕ ਸਕਦੀ ਹੈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਵੇ। ਇੱਥੇ ਕੀ ਹੈ ਕਿ ਸਾਰੇ ਇਸੇ ਗੱਲ 'ਤੇ ਜ਼ੋਰ ਦਿੰਦੇ, ਮਰ ਕਹਿੰਦਾ ਇਹਨਾਂ ਇਹਦੇ ਕਿਉਂ ਫਸੇ ਪੈ ਜਾਂਦੇ। ਇਹੋ ਜਿਹੇ ਹੋਰ ਕਰਮ ਮਹਾਰਾਜ ਕਹਿੰਦੇ ਕਿ ਜਿਵੇਂ ਚੁੱਪੇ ਚੁੱਪ ਨਾ ਹੋਵੇ ਜੇ ਲਾਇਰ ਹਨ ਤਾਂ ਸ਼ੁਰੂ 'ਚ ਹੀ ਦੱਸਦਾ ਮੌਨ ਵਰਤ ਰੱਖ ਲਓ ਜੀ, ਕਿਸੇ ਨਾਲ ਗੱਲ ਨਾ ਕਰਿਆ ਕਰੋ। ਲੋਕ ਕੰਨ ਬੰਦ ਕਰ ਲੈਂਦੇ ਸੀ, ਅੱਖਾਂ ਬੰਦ ਕਰ ਲਈਆਂ, ਨੱਕ ਬੰਦ ਕਰ ਲਿਆ, ਕੰਨ ਬੰਦ ਕਰ ਲਏ, ਸਮਾਧੀ ਲਾਉਣੀ ਹੈ ਜੀ ਅਸੀਂ। ਇਹ ਬਾਹਰੋਂ ਤਾਂ ਗੱਲਾਂ ਨਹੀਂ ਅੰਦਰ ਜਾਂਦੀਆਂ, ਪਰ ਤੁਹਾਡੇ ਅੰਦਰ ਜਿਹੜੇ ਵੱਖਰ ਵਿਚਾਰ ਹਨ ਮਨ ਦੇ ਵਿੱਚ ਉਹ ਤਾਂ ਉੱਠ ਹੀ ਜਾਂਦੇ ਹਨ। ਇਹ ਬਾਹਰੋਂ ਅੱਖਾਂ ਮੀਟਣ ਦੇ ਨਾਲ ਜਿਹੜੇ ਅੰਦਰ ਜਿਹੜੇ ਵਿਚਾਰ ਚੱਲ ਰਹੇ ਹਨ ਉਹ ਤਾਂ ਉੱਦਾਂ ਹੀ ਚੱਲੀ ਜਾਣਗੇ। ਜਿੰਨਾ ਚਿਰ ਮਨ ਨਹੀਂ ਤੁਹਾਡਾ ਚੁੱਪ ਕਰੇਗਾ ਉੱਨਾ ਚਿਰ ਰੱਬ ਦੇ ਨੇੜੇ ਕਿੱਥੋਂ ਹੋ ਜਾਵੇਗੇ। ਮਨ ਚੁੱਪ ਹੋ ਕੇ ਸ਼ਬਦ ਦੇ ਸਾਹਮਣੇ ਆਵੇ ਤਾਂ ਇਹਦੀ ਮੈਲ ਲੈਣੀ ਹੈ, ਮਨ ਤਾਂ ਚੁੱਪ ਹੁੰਦਾ ਹੀ ਨਹੀਂ। ਇਹੀ ਕਾਰਨ ਹੈ ਕਿ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜਿਹੜਾ ਹੈ ਉਸੇ ਤਰ੍ਹਾਂ ਹੀ ਗੰਦੇ ਦੇ ਗੰਦੇ ਹੀ ਲੋਕ ਰਹਿੰਦੇ ਹਨ, ਭੈੜੀਆਂ ਹੀ ਗੱਲਾਂ ਸੋਚਦੇ ਰਹਿੰਦੇ ਹਨ। ਬਾਹਰੀ ਪਹਿਰਾਵੇ ਬੜੇ ਵਧੀਆ ਪਾਏ ਹੁੰਦੇ ਹਨ। ਸੋ ਮਹਾਰਾਜ ਕਹਿੰਦੇ ਕਿ ਜਿਹੜੇ ਅਜਿਹੀਆਂ ਗੱਲਾਂ ਕਰਨ ਉਹਨੂੰ ਪਛਤਾਵਾ, ਕਿਉਂਕਿ ਇਹਦੇ ਨਾਲ ਪ੍ਰਾਪਤੀ ਕੋਈ ਨਹੀਂ ਹੈ ਨਾ। ਯੋਗ ਸਾਧਨਾ ਕੀਤੀ, ਸਹਿਜ ਸਿਆਣਪਾਂ ਲੱਗ ਪਏ ਤੱਕ ਨਾ ਚੱਲੇ ਨਾਲ, ਬੜਾ ਗਿਆਨ ਇਕੱਠਾ ਕਰ ਲਿਆ, ਬੜੇ ਗ੍ਰੰਥ ਬੜੇ, ਬੜਾ ਬੜਾ ਬੜੇ ਸ਼ਾਸਤਰੀ ਲੋਕ ਇੱਥੇ ਹੁੰਦੇ ਸਨ, ਪੰਡਿਤ ਲੋਕ ਹੁੰਦੇ ਸਨ, ਹੁਣ ਵੀ ਹਨ। ਬੁੱਧੀਜੀਵੀ ਜਿਹਨਾਂ ਨੂੰ ਹੁਣ ਕਹਿਣ ਲੱਗ ਪਿਆ ਉਹਨਾਂ ਨੂੰ ਵੀ ਬੁੱਧੀਜੀਵੀ ਕਹਿਣ ਲੱਗ ਪਏ ਹੁਣ। ਇਹ ਸਾਰੀ ਬੜੀਆਂ ਕਿਤਾਬਾਂ ਪੜ੍ਹੀਆਂ, ਲਿਖ ਵੀ ਦਿੱਤੀਆਂ, ਪਰ ਮਨ ਉੱਦਾਂ ਦਾ ਉੱਦਾਂ ਹੀ, ਕੋਈ ਫਾਇਦਾ ਨਹੀਂ ਹੋਇਆ। ਇਹ ਉਹ ਇੰਨੀ ਮਿਹਨਤ ਕਰਕੇ ਦੇਖੋ, ਜੇ ਇੰਨਾ ਕੁ ਇੰਨਾ ਗਿਆਨ ਇਕੱਠਾ ਹੋਵੇ ਬੰਦੇ ਦੇ ਕੋਲ, ਇਹਦਾ ਮਤਲਬ ਗਿਆਨ ਦੀਵਾ ਹੈ ਨਾ। ਅਤੇ ਜੇ ਉਹ ਬੰਦਾ ਇੰਨਾ ਗਿਆਨੀ ਹੋਣ ਦੇ ਬਾਵਜੂਦ, ਜਿਵੇਂ ਰਾਵਣ ਸੀ, ਰਾਵਣ ਦੇਖੋ ਕਿੱਥੇ ਪਹੁੰਚਿਆ ਹੋਇਆ ਸੀ, ਇੰਨਾ ਗਿਆਨ ਸੀ ਉਹਨੂੰ, ਚਾਰੇ ਵੇਦਾਂ ਦਾ ਗਿਆਤਾ ਸੀ, ਸ਼ਾਸਤਰਾਂ ਦਾ ਗਿਆਤਾ ਸੀ, ਸੀਤਾ ਨੂੰ ਚੁੱਕਣ ਆ ਗਿਆ। ਦੇਖੋ ਹੁਣ ਜੇ ਇਹੋ ਜਿਹੀ ਕੋਈ ਹਰਕਤ ਕਰ ਦੇਵੇ, ਇਹਨੂੰ ਕਹਿੰਦੇ ਹੱਥ ਦੀਪ ਕੂਏ ਭਰੇ, ਹੱਥ ਵਿੱਚ ਦੀਵਾ ਹੈ ਡਿੱਗ ਪਿਆ ਖੂਹ 'ਚ, ਇਹ ਹੋ ਜਾਂਦਾ ਹੈ, ਅਜਿਹਾ ਹੁੰਦਾ ਹੈ, ਵਾਪਰਦਾ ਹੈ ਦੁਨੀਆ ਵਿੱਚ, ਤਾਂ ਮਹਾਰਾਜ ਨੇ ਇਸ਼ਾਰਾ ਕੀਤਾ। ਸੋ ਇਹਦੇ ਨਾਲ ਨਹੀਂ ਕੁਛ ਵੀ ਬਣੇਗਾ, ਪਛਤਾਵਾ ਹੈ। ਜਦੋਂ ਇੱਦਾਂ ਬੰਦਾ ਫਸ ਜਾਂਦਾ ਹੈ ਫਿਰ ਵੇਖ ਲਓ ਕੀ ਹਾਲ ਹੁੰਦਾ ਹੈ, ਸਭ ਕੁਛ ਹੀ ਗਵਾ ਲਿਆ ਨਾ ਉਹਨੇ ਰਾਵਣ ਨੇ। ਇਸ ਤਰ੍ਹਾਂ ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜਿਹੜੇ ਬਾਹਰੋਂ ਬੜੇ ਗਿਆਨੀ ਬਣੇ ਹੋਏ ਹਨ, ਪੰਡਿਤ ਬਣੇ ਹੋਏ ਹਨ, ਸ਼ਾਸਤਰੀ ਬਣੇ ਹੋਏ ਹਨ, ਲੇਕਿਨ ਕੋਈ ਨਾ ਕੋਈ ਇਹੋ ਜਿਹੀ ਗਲਤੀ ਕਰ ਬਹਿੰਦੇ ਹਨ, ਫਿਰ ਜੇਲ੍ਹਾਂ ਵਿੱਚ ਸਾਰੀ ਉਮਰ। ਵਾਹਿਗੁਰੂ ਵਾਹਿਗੁਰੂ। ਬਿਨ ਹਰ ਭਗਤ ਕਹਾਂ ਥਿਤ ਪਾਵੇ, ਸਿਮਰਨ ਤੋਂ ਭਗਤੀ ਸਿਮਰਨ ਹੈ। ਸਰੀਰ ਨਾਲ ਸੇਵਾ ਕਰਨੀ ਹੈ, ਮਨ ਦੇ ਨਾਲ ਸਿਮਰਨ ਕਰਨਾ ਹੈ। ਸਰੀਰ ਨਾਲ ਸਿਮਰਨ ਨਹੀਂ ਹੁੰਦਾ, ਸਰੀਰ ਤਾਂ ਸੇਵਾ ਕਰੇਗਾ, ਬਸ ਸਰੀਰ ਨੂੰ ਵੱਧ ਤੋਂ ਵੱਧ ਸੇਵਾ 'ਚ ਲਾਓ, ਤੰਦਰੁਸਤ ਰਹਿੰਦਾ ਹੈ, ਗੁਰਸੇਵਾ 'ਤੇ ਸੁੱਖ ਉਪਜਾ, ਫਿਰ ਦੁੱਖ ਨਾ ਲੱਗਿਆ ਏ, ਕਰਕੇ ਵੇਖ ਲਓ ਤੁਸੀਂ, ਦੁੱਖ ਤੋਂ ਮੁਕਤੀ ਹੋ ਜਾਏਗੀ।
ਘੋਲ ਮਹਾਰਸ ਅੰਮ੍ਰਿਤ 'ਤੇ ਪੀਆ, ਉਹ ਵਿੱਚ ਕਰਦੇ ਹਨ ਘੋਲ ਕੇ ਰਸ, ਜਿੱਦਾਂ ਸ਼ਰਬਤ ਬਣਾਉਣੇ ਦੱਸ ਪਹਿਲਾਂ ਬੇਨਤੀ ਕੀਤੀ ਹੈ, ਉਹਨੂੰ ਚੰਗੀ ਤਰ੍ਹਾਂ ਘੋਲ ਲਿਆ, ਘੋਲ ਕੇ ਫਿਰ ਉਹ ਅੰਮ੍ਰਿਤ 'ਤੇ ਪੀਆ, ਉਹ ਰਸ ਪੀਂਦੇ ਹਨ, ਬੜਾ ਆਨੰਦ ਆਉਂਦਾ ਹੈ। ਜਦੋਂ ਬਾਣੀ ਨੂੰ ਸਮਝ ਕੇ ਪੜਾਂਗੇ, ਵੇਖੋ ਰਸ ਆਏਗਾ, ਆਨੰਦ ਆਵੇਗਾ ਸਾਨੂੰ। ਗੁਰੂ ਦੀਆਂ ਗੱਲਾਂ ਵੇਖੋ ਕਿੰਨੀਆਂ ਚੰਗੀਆਂ ਲੱਗਦੀਆਂ ਆਪਾਂ ਨੂੰ। ਪਤਾ ਨਹੀਂ ਕਿੰਨੀ ਵਾਰੀ ਆਪਾਂ ਪੜ੍ਹ ਲਿਆ ਹੋਵੇਗਾ ਇਹ ਬਾਵਨ ਅੱਖਰੀ ਨੂੰ ਸਹਿਜ ਪਾਠ ਕਰਦੇ ਹਾਂ, ਜਾਂ ਉੱਦਾਂ ਵੀ ਕਈ ਪ੍ਰੇਮੀ ਜਿੱਦਾਂ ਨਿਤਨੇਮ ਵੀ ਕਰਦੇ ਹਨ। ਲੇਕਿਨ ਹੁਣ ਜਦੋਂ ਇੱਕ ਲਾਈਨ ਦੀ ਵਿਚਾਰ ਕਰਕੇ ਜਾ ਰਹੇ ਹਾਂ ਤਾਂ ਦੇਖ ਲਓ ਉਹ ਰਸ ਆਉਂਦਾ ਹੈ ਨਾ ਇਹਦੇ 'ਚ। ਇਹਨੂੰ ਘੋਲ ਕੇ ਪੀਣਾ ਹੈ, ਇਹ ਘੋਲ ਕੇ ਪੀਣਾ ਇਹਨੂੰ ਕਹਿੰਦੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿੱਜ ਕਰ ਵਾਸਾ ਹੋਏ, ਕਰਦੇ ਬਿਰਲੇ ਹਨ ਵਿਚਾਰ, ਨਾ ਸੁਣਦੇ ਹੀ ਹਨ, ਦੂਜੀਆਂ ਗੱਲਾਂ ਕਰੀ ਜਾਣਗੇ, ਦਸ ਥਾਵਾਂ 'ਤੇ ਮੱਥਾ ਟੇਕ ਲੈਣਗੇ। ਪਰ ਜਿਹੜੀ ਆਹ ਗੱਲ ਕਰਨ ਵਾਲੀ ਹੈ, ਗੁਰੂ ਦੀਆਂ ਗੱਲਾਂ ਸੁਣਨੀਆਂ ਹਨ, ਇਹ ਨਹੀਂ ਕਰਨੀ, ਕਿਤੇ ਬਹਿਣਾ ਹੀ ਨਹੀਂ, ਸੰਗਤ 'ਚ ਬਹਿਣਾ ਹੀ ਨਹੀਂ ਕਿਤੇ ਵੀ। ਨਾਨਕ ਹਰ ਗੁਰ ਜਾਖੋ ਦੀ ਹੈ, ਜਿਨ੍ਹਾਂ ਦੇ ਉੱਤੇ ਗੁਰੂ ਤਰੁੱਠਦਾ ਹੈ ਨਾ, ਉਹਨਾਂ ਨੂੰ ਫਿਰ ਸਤਸੰਗ ਨਾਲ ਜੋੜ ਦਿੰਦਾ ਹੈ। ਸਤਸੰਗਤ ਮਿਲੇ ਵਟ ਭਾਗ ਤਾਂ ਹਰ ਰਸ ਆਵੇ ਜੀਓ। ਚੰਗੇ ਭਾਗਾਂ ਨੂੰ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਜਾਂਦੀ ਹੈ, ਸੰਗਤ 'ਚ ਬਹਿਣਾ ਆ ਜਾਂਦਾ ਹੈ, ਸੰਗਤ 'ਚ ਬਹਿ ਕੇ ਸੁਣਨਾ ਆ ਜਾਂਦਾ ਹੈ, ਉਹ ਇਸ ਰਸ ਨੂੰ ਪੀਂਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ, 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 ਢਿੱਲੇ ਨਾ ਪੈ ਕਰੋ, ਜੱਪੀ ਜਾਓ, ਜੱਪੀ ਜਾਓ, ਖਾਲਸਾ ਵਾਹਿਗੁਰੂ।